ਲਓ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਾਰਿਆਂ ਦਾ ਸਵਾਗਤ ਕਰਦੇ ਹਾਂ ਔਰ ਹੁਣ ਨਾਨ ਸਟਾਪ ਗੱਡੀ ਚੱਲੂਗੀ ਸਿੱਧੂ ਲਾਈਵ ਸ਼ੋ ਦੇ ਜ਼ਰੀਏ ਇਸ ਵਕਤ ਬਖਤੌਰ ਸਿੰਘ ਢਿੱਲੋਂ ਸਾਹਿਬ ਆਪਣੇ ਨਾਲ ਸ਼ਾਮਲ ਹੋ ਚੁੱਕੇ ਆ ਜੁੜ ਚੁੱਕੇ ਆ ਤੇ ਢਿੱਲੋਂ ਸਾਹਿਬ ਦਾ ਸਵਾਗਤ ਕਰਦੇ ਹਾਂ ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਅਗਲੀ ਜੀ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਤੁਸੀਂ ਜੁੜੇ ਹੋ ਤੇ ਨਾਲ ਆਪਾਂ ਧੰਨਵਾਦ ਕਰਦੇ ਉਹਨਾਂ ਸੱਜਣਾਂ ਦਾ ਜਿਨ੍ਹਾਂ ਦੇ ਕਰਕੇ ਜੋੜਿਆ ਜਾ ਰਿਹਾ ਦਵਿੰਦਰ ਸਿੰਘ ਮਾਹਲ ਨਿਊਯਾਰਕ ਯੂਐਸਏ ਤੋਂ ਨੇ ਜੀ ਜਿਨ੍ਹਾਂ ਦੇ ਸਹਿਯੋਗ ਸਦਕਾ ਬਖਤੌਰ ਸਿੰਘ ਢਿੱਲੋਂ ਸਾਹਿਬ ਆਪਣੇ ਨਾਲ ਸ਼ਾਮਲ ਹੁੰਦੇ ਆ ਇਹ ਸ਼ੋਅ ਉਨ੍ਹਾਂ ਦੇ ਵੱਲੋਂ ਸਪਾਂਸਰ ਹੁੰਦਾ ਹੈ ਤੇ ਢਿੱਲੋਂ ਸਾਹਿਬ ਜੇ ਗੱਲ ਕਰੀਏ ਜੀ ਆਮ ਆਦਮੀ ਪਾਰਟੀ ਦੇ ਜਿਹੜਾ ਲੀਡਰਸ਼ਿਪ ਦਾ ਸੰਕਟ ਆਇਆ ਹੋਇਆ ਪਾਰਟੀ ਨੂੰ ਕਿਤੇ ਨਾ ਕਿਤੇ ਕੁਛ ਨਾ ਕੁਛ ਧਿਰਾਂ ਜਿਹੜੀਆਂ ਉਹ ਵਿਰੋਧ ਕਰਦੀਆਂ ਹੀ ਰਹਿੰਦੀਆਂ ਵੈਸੇ ਤਾਂ ਸਾਰੀਆਂ ਪਾਰਟੀਆਂ ਦੇ ਵਿੱਚ ਕੁਛ ਚੱਲਦਾ ਹੁੰਦਾ ਆਮ ਆਦਮੀ ਪਾਰਟੀ ਦੇ ਵਿੱਚ ਬਾਹਲਾ ਕੁਛ ਜ਼ਿਆਦਾ ਚੱਲਣ ਲੱਗਿਆ ਔਰ ਬਹੁਤ ਛੇਤੀ ਚੱਲਣ ਲੱਗ ਗਿਆ ਤੁਸੀਂ ਲੰਮੇ ਸਮੇਂ ਤੋਂ ਸਿਆਸਤ ਨੂੰ ਬਾਹਲਾ ਨੇੜਿਓਂ ਦੇਖਦੇ ਹੋ ਖਹਿ ਕੇ ਲੰਘਦੀ ਹੈ ਸਿਆਸਤ ਤੁਹਾਡੇ ਕੋਲ ਦੀ ਔਰ ਜੇ ਆਮ ਆਦਮੀ ਪਾਰਟੀ ਦਾ ਭੂਤ ਭਵਿੱਖ ਤੇ ਵਰਤਮਾਨ ਦੇਖਣਾ ਹੋਵੇ ਕਿਹੋ ਜਿਹਾ ਲੱਗਦਾ ਆਪਾਂ ਗੱਲ ਸ਼ੁਰੂ ਭੂਤ ਤੋਂ ਕਰੀਏ ਜਿਸ ਦਾ ਜਨਮ ਹੋਇਆ ਜੀ ਇਹ ਪਾਰਟੀ ਇੱਕ ਅੰਦੋਲਨ ਦੇ ਵਿੱਚ ਪੈਦਾ ਹੋਇਆ ਜੀ ਅੰਦੋਲਨ ਉਹ ਅੰਨਾ ਹਜ਼ਾਰੇ ਦੀ ਅਗਵਾਈ ਦੇ ਵਿੱਚ ਸ਼ੁਰੂ ਹੋਇਆ ਸੀ ਕੁਰਖ ਦੇ ਖਿਲਾਫ ਜੀ ਔਰ ਇਸ ਮੂਵਮੈਂਟ ਦਾ ਨਾਮ ਸੀ ਜੀ ਮੂਵਮੈਂਟ ਅਗੇਂਸਟ ਕਰਪਸ਼ਨ ਜੀ ਸਾਰੇ ਹਿੰਦੁਸਤਾਨ ਦੇ ਵਿੱਚ ਉਹਨੂੰ ਹੁਲਾਰਾ ਮਿਲਿਆ ਹਮਦਰਦੀ ਮਿਲੀ ਲੋਕਾਂ ਦਾ ਉਤਸ਼ਾਹ ਮਿਲਿਆ ਲੇਕਿਨ ਸਹੀ ਦੇਖੀਏ ਤਾਂ ਇਸ ਦਾ ਹੈਡਕੁਆਟਰ ਸੀ ਜੰਤਰ ਮੰਤਰ ਜੀ ਔਰ ਜਿਹੜੇ ਲੋਕ ਉਸ ਇਹਦੇ ਨਾਲ ਜੁੜੇ ਸੀ ਉਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਜਿਹੜੇ ਲੀਡਰ ਸੀ ਉਹ ਅਪਰ ਮਿਡਲ ਕਲਾਸ ਦੇ ਵਿੱਚੋਂ ਸੀ ਜੀ ਤੇ ਜਿਹੜੇ ਨਾਲ ਸਪੋਰਟਰ ਸੀ ਉਹ ਜ਼ਿਆਦਾ ਮਿਡਲ ਕਲਾਸ ਦੇ ਜੇ ਅਸੀਂ ਨਜ਼ਰ ਮਾਰੀਏ ਤਾਂ ਤੁਸੀਂ ਦੇਖੋ ਪੁਰਾਣੇ ਲੀਡਰਾਂ ਦੇ ਵਿੱਚ ਜਿਹਨੂੰ ਇਹ ਪਾਰਟੀ ਬਣੀ ਹੈ ਉੱਥੇ ਸ਼ਾਂਤੀ ਭੂਸ਼ਣ ਭਾਰਤ ਦੇ ਕਾਨੂੰਨ ਮੰਤਰੀ ਰਹੇ ਸ਼ਾਂਤ ਭੂਸ਼ਣ ਤੇ ਭਾਰਤ ਦੀ ਸੁਪਰੀਮ ਕੋਰਟ ਦੇ ਬਹੁਤ ਵੱਡੇ ਵਕੀਲ ਹੈ ਜੋਗਿੰਦਰ ਯਾਦਵ ਜਿਨ੍ਹਾਂ ਨੂੰ ਭਾਰਤੀ ਰਾਜਨੀਤੀ ਦਾ ਜਾਣਕੀ ਸਮਝਿਆ ਜਾਂਦਾ ਸਰ ਆਨੰਦ ਕੁਮਾਰ ਇਹ ਸਾਰੇ ਲੋਕ ਸੀ ਅਰਵਿੰਦ ਕੇਜਰੀਵਾਲ ਹੋਣੀ ਫਿਰ ਆਪਾਂ ਦੇਖੀਏ ਬੀਬੀ ਕਿਰਨ ਬੇਦੀ ਵੀ ਆ ਗਈ ਔਰ ਜਨਰਲ ਵੀ ਕੇ ਸਿੰਘ ਵੀ ਆ ਜੀ ਲੇਕਿਨ ਪੂਰੇ ਜਿਹੜਾ ਬਾਬਾ ਲਾਇਆ ਹੋਇਆ ਸੀ ਉਹ ਅੰਨਾ ਹਜ਼ਾਰ ਇੱਕ ਲਹਿਰ ਜੀ ਲਹਿਰ ਜਿਹੜੀ ਸ਼ੁਰੂ ਹੋਈ ਬਹੁਤ ਕੁਛ ਦੇਖਣ ਵਾਲਾ ਹੈ ਕਿ ਲਹਿਰਾਂ ਸ਼ੁਰੂ ਕਿੱਥੋਂ ਸੀਗੀਆਂ ਸਾਨੂੰ ਦਿੱਤਾ ਕਿੱਥੋਂ ਹੈ ਲੇਕਿਨ ਉਹਨਾਂ ਦੇ ਪਿੱਛੇ ਕੁਛ ਹੋਰ ਤੁਸੀਂ ਦੇਖਿਆ ਹੋਣਾ ਕਿ ਇੰਨਾ ਹਜ਼ਾਰੇ ਦੀ ਜਿਸ ਵੇਲੇ ਮੂਵਮੈਂਟ ਸ਼ੁਰੂ ਹੋਈ ਹੈ ਉਸ ਵੇਲੇ ਸਾਰੇ ਦੇਸ਼ ਦੇ ਵਿੱਚ ਲੋਕ ਮਨੁੱਖ ਕੀਤੇ ਨਾ ਮਨੁੱਖ ਚੰਗੀਆਂ ਪ੍ਰਾਰਥਨਾ ਕੀਤੀਆਂ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਲੋਕਾਂ ਨੇ ਇਸ ਮੂਵਮੈਂਟ ਨੂੰ ਪੁਕਾਰਾ ਤੇ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ ਅਸੀਂ ਲੋਕ ਵੀ ਸੁਚੇਤ ਹਾਂ ਮੀਡੀਆ ਨਾਲ ਜੁੜੇ ਹੋਏ ਹਾਂ ਅਸੀਂ ਮਹਿਸੂਸ ਕਰਦੇ ਹਾਂ ਹਰ ਉਸ ਮੂਵਮੈਂਟ ਦਾ ਹਿੱਸਾ ਬਣਨਾ ਚਾਹੀਦਾ ਹੈ ਜਿਹੜੀ ਸਮਾਜ ਦੇ ਵਿੱਚ ਸਥਿਤੀ ਰਹੇ ਜੀ ਉਹਨਾਂ ਦਿਨਾਂ ਦੇ ਵਿੱਚ ਬੜੇ ਚੰਗੇ ਤਕੜੇ ਜਿਹੜੇ ਦਾਰਸ਼ਨਿਕ ਸੀ ਫਲਾਸਫਰ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਵੀ ਅਸੀਂ ਬਹੁਤ ਵੱਡੇ ਜਰਨਲਿਸਟ ਨੇ ਕਿਹਾ ਕਿ ਇਸ ਮੂਵਮੈਂਟ ਨੂੰ ਜੇ ਦੇਖੋਗੇ ਤੇ ਮੂਵਮੈਂਟ ਤੋਂ ਕੁਛ ਹੋਰ ਹੈ ਤੇ ਇਹਦਾ ਅਸਲ ਕੁਛ ਹੋ ਜੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਨਹੀਂ ਮੂਵਮੈਂਟ ਤਾਂ ਕਰਪਸ਼ਨ ਦੇ ਖਿਲਾਫ ਹੈ ਉਹਨਾਂ ਫਿਰ ਮੈਨੂੰ ਗੱਲ ਸਮਝਾਈ ਉਹ ਕਹਿੰਦੇ ਕਈ ਮੂਵਮੈਂਟ ਨਹੀਂ ਆ ਮਕਸਦ ਕੁਛ ਹੋਰ ਹੁੰਦਾ ਹੈ ਖੜੀਆਂ ਕਿਤੋਂ ਹੋਰ ਸਕਿਆ ਜਾਂਦੀਆਂ ਤੇ ਉਹਦਾ ਅੰਤ ਕਿਤੇ ਹੋ ਜੀ ਉਹ ਮੈਨੂੰ ਲੈ ਗਏ 1930 ਦੇ ਵਿੱਚ ਕਹਿੰਦੇ 1930 ਦੇ ਵਿੱਚ ਉਹਨਾਂ ਨੇ ਇੱਕ ਦੱਸਿਆ ਕਿ ਕਿਸ ਕਿਸ ਦੁਨੀਆਂ ਦੇ ਖਿਲਾਫ ਸੀਗੇ ਤੇ ਉਸ ਵੇਲੇ ਉਹਨਾਂ ਹਾਲਾਤਾਂ ਦੇ ਵਿੱਚੋਂ ਇੱਕ ਗੱਲ ਨਿਕਲੀ ਕਿ ਅਜਿਹਾ ਮੁੱਦਾ ਬਣਾਇਆ ਜਾਵੇ ਜਿਹੜਾ ਮੁੱਦਾ ਹੈ ਹੀ ਨਹੀਂ ਅੱਛਾ ਉਹਨੂੰ ਮੁੱਦਾ ਬਣਾ ਕੇ ਲੜਾਈ ਸ਼ੁਰੂ ਕੀਤੀ ਜਾਵੇ ਤੇ ਉਸ ਲੜਾਈ ਨੂੰ ਫਿਰ ਪੋਲੀਟੀਕਲ ਮਕਸਦ ਵਾਸਤੇ ਵਰਤੇ ਜੀ ਚਲੋ ਉਹ ਸਮਝਾਉਣ ਤੋਂ ਬਾਅਦ ਫਿਰ ਆਪਾਂ ਆ ਜਾਈਏ ਜ਼ਿਆਦਾ ਲੰਬਾ ਹੋ ਜਾਣਾ ਉਹ ਮੈਨੂੰ ਲੈ ਕੇ ਆ ਕੇ ਕਹਿੰਦੇ ਵੀ ਜਿਹੜੀ ਹੁਣ ਇਹ ਮੂਵਮੈਂਟ ਹੈ ਇਹ ਮੂਵਮੈਂਟ ਆਪਾਂ ਨੂੰ ਇਹ ਲੱਗਦੀ ਹੈ ਕਿ ਕਰਪਸ਼ਨ ਦੇ ਖਿਲਾਫ ਜੀ ਲੇਕਿਨ ਸਵਾਲ ਇਹ ਪੈਦਾ ਹੁੰਦਾ ਕਿ ਜਿਹੜਾ ਸਿਸਟਮ ਕਰਪਸ਼ਨ ਨੂੰ ਪੈਦਾ ਕਰ ਰਿਹਾ ਜੀ ਉਸ ਸਿਸਟਮ ਨੂੰ ਤੋੜਨ ਮਰੋੜਨ ਸਹਿਸ ਸਹਿਸ ਕਰਨ ਨੂੰ ਸਹਿਤੇਰੀ ਕਰਨ ਵਾਸਤੇ ਕੋਈ ਤਿਆਰ ਔਰ ਇਹ ਵੀ ਦੇਖਿਆ ਹੋਣਾ ਹੈ ਜੇ ਆਪਾਂ ਦੇਖੀਏ ਉਹਨਾਂ ਦਿਨਾਂ ਚ ਅਰਵਿੰਦ ਕੇਜਰੀਵਾਲ ਹੋਰਾਂ ਦਾ ਵੀ ਦੇਖੀਏ ਅੰਨਾ ਹਜ਼ਾਰੇ ਦਾ ਵੀ ਦੇਖੀਏ ਤੇ ਸਾਰੇ ਲੋਕ ਇਹ ਗੱਲ ਕਹਿੰਦੇ ਸੀ ਕਿ ਇਹ ਮੂਵਮੈਂਟ ਜਿਹੜੀ ਹੈਗੀ ਇਸ ਮੂਵਮੈਂਟ ਨੂੰ ਅਸੀਂ ਇਸੇ ਸੰਵਿਧਾਨ ਨੂੰ ਇਸ ਨੂੰ ਬਰਕਰਾਰ ਰੱਖਦੇ ਹਾਂ ਜੀ ਵਿੱਚ ਰਹਿ ਕੇ ਅਸੀਂ ਸਾਰੀ ਗੱਲ ਤਬਦੀਲੀਆਂ ਕਰਦੇ
लेकिन जिहड़ा लुटेरा सिस्टम है लुटेरे सिस्टम दे नाल किसे किसी भी स्टेट स्टार्ट करन दा उन्होंने कदे नहीं किया सही। और बाद में तुसीं देखो कि वह मूवमेंट शुरू हुई करप्शन के खिलाफ, करप्शन उदो भी जारी सी, करप्शन अज भी जारी है, करप्शन फिर भी जारी रहू। लेकिन जे हुण अमली तौर ते जाके देखिए तां ओह मूवमेंट दा जिहड़ा हैगा एंटी करप्शन मूवमेंट एंटी कांग्रेस मूवमेंट हो सही। और एंटी कांग्रेस मूवमेंट होके मनमोहन सिंह जी नू बहुत विद्वान आजकल बड़ा माहर मनिया जाता है जी, उस बंदे नू हरा के ते भारत के प्रधानमंत्री वाली कुर्सी के उत्ते कौन बैठा है? नरेंद्र मोदी जी। नरेंद्र मोदी का असी पास देखिए झूठी गल कर रहे जी, जी शुरुआत है जी आरएसएस तो वो अपने कि मैं एक चाह बेचने वाले का पुत थी, मैं घर छड़ के आरएसएस वाले पासे चला गया, आरएसएस का प्रचारक बन के मैं जी। लेकिन इन बचवीन जो देखिए विचार देखिए जिड़िया गल बाद सामने आई है कि नरेंद्र मोदी साहब मुख्यमंत्री बन गए कई बार जी, लेकिन जिन्या भी चोणा लड़िया किसी भी चोन जीवन साथी वाला काल मिट्टी वो नहीं सी, ये नहीं सी दसा कि मैं शादी शुदा भी जी। आरएसएस का प्रचार बनने वास्ते बंदा ब्रह्मचारी चाहिए जी, और अपने अपने ब्रह्मचारी कहते हैं, लेकिन शादी शुदा और अपनी वाइफ नू इन्होंने एक किस्म का मैं कहने भी सर्वजित करता से त्याग था। इतने सुखनैर की गल आती है कि जेड़ा बंदा अपने घर का सका नहीं, अपने परिवार का सका नहीं, वो कि सका हो सकता सही। जे असी साडे सिख गुरुआं की गल करिए तो बाबा नानक वार वार सादगिरी वाली लाइफ है जी उन्हू रद्द कर रहा है जी। बाबा नानक यह गल कहंदा कि कबीलदारी नालों वधिया जिंदगी कोई नहीं है सही। बंदा कबीलदारी तो भज गया, प्रचारक बन गया, देश का प्रधानमंत्री बन गया सही। ठीक है, इहदे विच हुण जे आपां देखिए कि कितनी वड्डी जिहड़ी हैगी आ उहदी प्राप्ति वाले पासे नू गल जांदी है जी। मनमोहन सिंह होरी गए थे उत्थे, नरेंद्र मोदी साहब है जी। हुण नरेंद्र मोदी साहब दियां जे आपां दूजियां प्राप्तियां देखिए भी की है, दूजियां प्राप्तियां कि हिंदुस्तान दे विच दो बहुत वड्डे कतलेआम होए जी। एक कतलेआम होया 1984 का इंदिरा गांधी मौत तो बाद जिहदे विच हजारां सिख है जिहड़े ओह मारे, इत्थे बंदे नू सजा नहीं होई जी। नाम मात्र इक दिखावे दे तौर दे उत्ते भी मतलब सानू इंसाफ नहीं मिलिया सिखां जी। ਇਹਦੇ ਨਾਲ ਹੀ ਜੇ ਅਸੀਂ ਦੂਜਾ ਪੱਖ ਦੇਖੀਏ ਤਾਂ 2002 ਦੇ ਵਿਚ ਗੋਧਰਾ ਕਾਂਡ ਤੋਂ ਬਾਅਦ ਜੋ ਕੁਛ ਗੁਜਰਾਤ ਹੁੰਦਾ ਹੈ ਉਹ ਕਲੇਜਾ ਮੂੰਹ ਨੂੰ ਆਉਂਦਾ। ਜੇ ਦਿੱਲੀ ਦੇ ਵਿਚ ਕਾਨਪੁਰ ਬੋਕਾਰੋ ਵਗੈਰਾ ਦੇ ਵਿਚ ਆਪਾਂ ਦੇਖੀਏ ਕਿ ਜਿਹੜੇ ਸਿੱਖ ਪੀੜੀਆਂ ਉਹਨਾਂ ਦੀ ਨਾਲ ਖਿਲਵਾੜ ਕੀਤਾ ਗਿਆ ਤਾਂ ਆਹ ਦੋ ਤਿੰਨ ਚਾਰ ਦਿਨ ਪਹਿਲਾਂ ਇੱਕ ਫੈਸਲਾ ਆਇਆ ਬਿਲਕੁਲ ਪੰਜ ਦਾ ਜਿਹੜਾ ਬੰਬੇ ਹਾਈ ਕੋਰਟ ਨੇ ਪੁਸ਼ਟੀ ਕੀਤੀ ਹੈ, 19 ਵਰੇ ਲੜਕੀ ਹੈ, ਪ੍ਰੈਗਨੈਂਟ ਹੈ, ਉਹ ਉਹਦੀ ਵਰਤੀ ਕੋਲੇ ਫਿਰਦੀ ਹੈ, ਉਹਦੇ ਪਰਿਵਾਰ ਦੇ 14 ਬੰਦਿਆਂ ਦਾ ਕਤਲ ਕੀਤਾ। 14 ਬੰਦਿਆਂ ਦਾ ਕਤਲ ਕਰਨ ਤੋਂ ਬਾਅਦ ਉਹਨਾਂ ਨੂੰ ਸਾਫ ਨਹੀਂ ਮਿਲਿਆ, ਬਾਅਦ ਵਿਚ ਬੜਾ ਰੌਲਾ ਰਪਾ ਪਿਆ, ਕੇਸ ਤਬਦੀਲ ਹੋਇਆ, ਗੁਜਰਾਤ ਤੋਂ ਬਾਹਰ ਗਿਆ, ਸੁਪਰੀਮ ਕੋਰਟ ਜਿਹੜੇ ਨਿਗਰਾਨੀ SIT ਬਣੀ, ਇਹਨਾਂ ਕੁਛ ਹੁੰਦਾ ਰਿਹਾ ਗੁਜਰਾਤ ਦੇ ਵਿਚ ਜੀ। ਇਹਦੇ ਵਿਚ ਤੁਸੀਂ ਦੇਖੋ ਜਿਹੜੀ ਮੈਂ ਪਹਿਲਾਂ ਗੱਲ ਤੁਹਾਨੂੰ ਕਹੀ ਸੀ ਕਿ ਲੜਾਈ ਕਿਤੋਂ ਹੋਰ ਵਧੀ ਹੈ, ਲੇਕਿਨ ਉਹਦਾ ਮਕਸਦ ਕੋਈ ਹੋਰ ਨਾ ਸੀ ਇਸ ਗੱਲ ਦਾ ਕਿ ਇਹ ਲੜਾਈ ਕਰਪਸ਼ਨ ਦੇ ਖਿਲਾਫ਼ ਹੈ, ਲੇਕਿਨ ਅੰਮ੍ਰਿਤਸਰ ਦੇ ਵਿਚੋਂ ਕਾਂਗਰਸ ਦੇ ਖਿਲਾਫ਼ ਸੀ ਉਹਦਾ ਉਹਨਾਂ ਨੇ ਪਹਿਲਾ ਗੋਲ ਜਿਹੜਾ ਅਚੀਵ ਕਰ ਲਿਆ ਜਦੋਂ ਨਰਿੰਦਰ ਮੋਦੀ ਦੇ ਸਪਨਾ ਜੀ, ਉਹ ਇੱਕ ਲਹਿਰ ਲਹਿਰ ਦੇ ਵਿਚ ਪੁਕਾਏ ਸੀ। ਲੇਕਿਨ ਜੇ ਆਪਾਂ ਅਰਵਿੰਦ ਕੇਜਰੀਵਾਲ ਸਾਹਿਬ ਦਾ ਦੇਖੀਏ ਤਾਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਉਸ ਲਹਿਰ ਨੂੰ ਲਹਿਰ ਨਹੀਂ ਰਹਿਣ ਦਿੱਤਾ, ਉਹਨਾਂ ਨੇ ਲਹਿਰ ਦੇ ਵਿਚ ਪਾਰਟੀ ਕੱਢੀ ਸਹੀ, ਪਾਰਟੀ ਕੱਢੀ ਤੋਂ ਕਹਿੰਦੇ ਵੀ ਇਹ ਸੱਤਾ ਤੋਂ ਬਗੈਰ ਕਦੇ ਤਬਦੀਲੀ ਨਹੀਂ ਜੀ, ਤੇ ਸੱਤਾ ਵਾਸਤੇ ਜਿਹੜਾ ਉਹਨਾਂ ਨੇ ਕੇਂਦਰ ਚੁਣਿਆ ਉਹ ਦਿੱਲੀ ਚੁਣ ਲਈ। ਦਿੱਲੀ ਦੀ ਜੇ ਅਸੀਂ ਗੱਲ ਕਰੀਏ ਤਾਂ ਦਿੱਲੀ ਦੇਸ਼ ਦੀ ਪੂਰੀ ਸਟੇਟ ਵੀ ਹੈ, ਅਜਿਹੀ ਸਟੇਟ ਹੈ ਜੀ ਜਿੱਥੇ ਸਰਕਾਰ ਹੈਗੀ ਹੈ, ਸਰਕਾਰ ਦੇ ਕੋਲ ਪਾਵਰਾਂ ਹੈ ਜੀ, ਇੱਕ ਮਿਊਨਸੀਪਲ ਕਮੇਟੀ ਕੋਲੇ, ਕਾਰਪੋਰੇਸ਼ਨ ਕੋਲੇ ਪਾਵਰਾਂ ਵੱਧ ਹੁੰਦੀਆਂ, ਲੇਕਿਨ ਦਿੱਲੀ ਦੀ ਸਰਕਾਰ ਕੋਲੇ ਘੱਟ ਜੀ। ਇਹਨੂੰ ਆਪਾਂ ਦੇਖੀਏ ਕਿ ਅੱਜ ਤੁਹਾਨੂੰ ਮੈਨੂੰ ਪਤਾ ਹੈ, ਚਲੋ ਸਾਨੂੰ ਮੈਂ ਬਾਅਦ ਵਿਚ ਪਤਾ ਲੱਗ ਸਕਦਾ ਹੈ ਜੀ, ਇਸ ਬੱਚੇ ਨੇ ਸਿਵਲ ਸਰਵਿਸਿਸ ਦੀਆਂ ਕੰਪੀਟੀਸ਼ਨ ਲੜ ਕੇ ਇੰਡੀਅਨ ਰੈਵਨਿਊ ਸਰਵਿਸ ਦੀ ਨੌਕਰੀ ਹਾਸਲ ਹੋਵੇ, ਅਫਸਰੀ ਹਾਸਲ ਕੀਤੀ ਹੋਵੇ ਜੀ, ਤੇ ਅੱਗੇ ਕਹੀਏ ਕਿ ਅਰਵਿੰਦ ਕੇਜਰੀਵਾਲ ਨੂੰ ਨਹੀਂ ਸੀ ਪਤਾ ਕਿੱਥੋਂ, ਚਲੋ ਉਹ ਪਾਰਟੀ ਬਣ ਗਈ, ਪਾਰਟੀ ਬਣਨ ਤੋਂ ਬਾਅਦ ਇਲੈਕਸ਼ਨ ਲੜੀ,
पहली इलेक्शन लड़ी है जी अधूरी सफल कर दिल्ली के अपनी सरकार अपने बलबूते नहीं बन सकी जी। कांग्रेस पार्टी की मदद सरकार चलाई बनाई वो सरकार सिर्फ जी है 49 दिन तक जी उस तो बाद सरकार तो बहर आ गई जी। उस सरकार तो बहर आने तो बाद दूसरी नवी सरकार आ गई नवी इलेक्शन आ गई नवी इलेक्शन अरविंद केजरीवाल साहब ने एडा हुंगारा दिता उत्साह दिता सात सीटा जितनी कोई खाला जी का वाड़ा नहीं जी। और तो बाद सीटा जितने तो बाद फिर देखो भी की मंजर देख पड़ा है कि जिन्हों लोग ने पार्टी बनाई थी जेडे लोग पार्टी बनाने वे अरविंद केजरीवाल के नाल उन्होंने अज किन्ने उन्होंने नाल है किन्ने बार जी साधे तौर पर मैं कुछ नाम पहला थोड़े को ले है जी। दोबारा फिर आप नामा की गल करिए शांति भूषण जी प्रशांत भूषण जोगिंदर यादव जी अजीत झा जी प्रोफेसर आनंद कुमार वर्गिया शख्सियत जिन्हों के कोल एक विचारधारा भी सी अज किथे वो अज सारे साइडलाइन किथे उदो यह समझा गया कि लोगों की गल है कि केस जी कि असल लोग अरविंद केजरीवाल नूं तुरन नहीं दिंदे अगे नहीं बदल दिंदे इन्हां दा पासे होणा ठीक है। एक गल अपना तुहाडे ध्यान चल रहा कि उन्होंने अज जिहड़ा बंदा कपिल यादव जी कपिल यादव मंत्री है दिल्ली सरकार जी मुख्यमंत्री उन्होंने बना रहा जी कपिल मिश्रा हां जी कपिल मिश्रा कपिल मिश्रा कपिल मिश्रा याद हां मिश्रा जी कपिल मिश्रा नूं जिस वेले तुसीं मिनिस्ट्री चो कढ़ता उस वे कपिल मिश्रा इल्जाम लेके आ गया जी उन्हें इल्जाम अनुसार रद्द करता हूं तुम अगा जाओ भी एक कपिल मिश्रा कौन है ये उही कपिल मिश्रा है जिसे कपिल मिश्रा ने मिस्टर प्रशांत भूषण के बाप भूषण की पीए सी पोलिटिकल अफेयर कमेटी की मीटिंग देखी थी जे अभी प्रशांत भूषण इतवार करना हो प्रशांत भूषण से गल कही है कि इन्हें शांति भूषण के मीटिंग कपड़े मारे सब तो उपर का बंदा हो भारत का सबका कानून मंत्री हो उस मूवमेंट जुड़िया हो जिस बंदे ने पार्टी चलाने वास्ते पहले करोड़ा रुपये कट के नंबर से फड़ाते पार्टी चलाओ जो छत्र मारन वाला बंदा केजरीवाल की हुकूमत भी बन सकता है फिर असि कि आस करा कि जो उस बंदे नजरअंदाज किया जाऊगा उस पास किया जाऊगा तो केजरीवाल लिहाज कि अज तो सामने है जो तरीकाकार केजरीवाल का सी उस तरीकाकार लैके उस बंदे जैसा कि पहला उन्हें जनतक तौर पर इल्जाम लाए जी प्रेस कॉन्फ्रेंस की फिर वह बंदा सीबीआई के दफ्तर जाता है वो तो पहला लेफ्टिनेंट गवर्नर मिलती आंदा एसीपी मिलती आंदा अज वह बंदा धरने से बह गया पुख्त हस्पताल से बह गया उही तरीकाकार जिहड़ा तरीकाकार केजरीवाल ने शुरू कर उसे तो प्रेरणा लेके केजरीवाल का रास्ता अपना के यह कह के मेरे गुरु ने मेनू सिखाया है वो बंदा मुझे सिखा रहे और मतलब जो कुछ भी पिछले गुरु के जमाने इस पार्टी के जैसा बीतोगे वैसा बढ़ोगे अज हालात कि अज ओ पार्टी जिहड़ी पार्टी तो लोग यह आस रखते सी कि यह तीजा बदल बन के आऊगी ए पार्टी लोगों नू बड़ा एक आसरा देगी पार्टी के भविख न लैके पैदा हो गया है कि यह पार्टी क्योंकि हर दिल्ली तो बाद अभी पंजाब की गल 2014 पार्लीमेंट दोणा गए सारे देश के सिर बन वास्ते आम आदमी पार्टी ने इलेक्शन लड़ी अरविंद केजरीवाल साहब आपका सारा लोंगला ना लैके सारे टेलीविजन अपने कंप्यूटर आया लैके सारे जेडे आई टी मारा लैके वाराणसी चले गए और ऐलान करता कि नरेंद्र मोदी से पहली लगन देवे अस नरेंद्र मोदी हरा देंगे उस वे कि वही लड़ाई लड़ी लेकिन जे सारे भारत के नक्शे से निगाह मारो पार्लीमेंट दीटा से सिर्फ सिर्फ पंजाब जरा पाकिस्तान के नाल लगता उसे चार सीटा के उसे चिंतने ला सकते हैं कि आ सीटा आम आदमी जी उन्होंने चार देखो एक बंदा जरा जिन्हें सिद्धांतक बंदा कह सकते हैं अभी जिन्हें बंदे आम आदमी पार्टी के बंदे उसे निगाह मारीए
निगाह मारीए सब तो पहला साडे सामने आउंदे है भगवंत सिंह मान जी। भगवंत मान भी लटकियां कर सकते है, वो लोकां दे नूं वक्ती तौर ते अपने नाल तोर सकते है, वो इस इमोशन नूं प्रकाश सकते है, वो सारियां गल्लां कर सकते जी। लेकिन उहनां दे नाल कुछ अलामत भी है जी, उहनां अलामतां नूं जे आपां पासे छड्ड दईए तां भगवंत सिंह बहुत वधिया कर सकदे पर क्योंकि जो बदला तुरदा परछावा तुरदा है अलामतिया अलामत लोग लिखा जोखा करते है ना जिहड़े अपने मापे है वो जो बच्चा पैदा जांदा है वो कहिंदे मेरा चंद मां कहती है मेरा चंद प्यो कहिंदा मेरा हर चंद वो तो हर चंद तो ना कर दिंदे है पर लोगों नूं पता होंदा लक्षण देखो कहिंदे दा चंदू सी तो परछावा नाल चलदा असल फैसला लोग करदे है। हुण ये देखो तुसीं वी जिस भगवंत मान नूं एन आर आई भरावां ने अखां दीआं पलकां ते उठाया सी अज जे पंजाब दे विच ओना विरोध नहीं हो रहा जिहड़ा जाहरा तौर ते विरोध हो रहा जिहड़ा लोकां च प्रभाव पा दे रहे तो एन आर आई भरावां तों दे रहे उहदे विच गिनती असी पैंदे भी गिनती किन्नी है भी बहु गिनती है घट गिनती है कुछ भी है लेकिन जे तात्मक तौर दे उत्ते देखिए तां जिन्हां बंदिआं दा ओह हीरो सी उत्थों ते हो गए डिस्कस कर दिओ दूजे उहदे प्रोफेसर साधु सिंह विद्वान है उहनां दे प्रोफेसर अगले रह गए हरिंदर सिंह खालसा जी। हरिंदर सिंह का हम जो अस देखिए पास्ट उन्होंने की शुरुआत है जी आई एस 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 तो होंगी है इलेक्शन लड़ गए 1984 तो बाद अकाली दल की पिक के उ मानसिकता उन्होंने अकाली दल वाली है आज वो आम आदमी पार्टी दे एक म्यान च दो तलवारा नहीं पै सकदी जे तीन पाप जी एक म्यान दे विच तीन तलवारा खड़दियां किवें वो भी पासे बैठे है। कुल मिला के जी आपां देखिए आम आदमी पार्टी दे विच सब तो सियाणा बंदा सिद्धांतक तौर जिस बंदे हिस्ट्री भी है जिस बंदे ने लड़ाईयां भी लड़िया भी है स्टूडेंट मूवमेंट तो लैके तुहाडे डॉक्टर होण तक वो डॉक्टर धर्मवीर गांधी है जी। चारां दे विच बंदे साडे अलग होके बह गए चलो उन्होंने पासे करता उन्होंने सस्पेंड करता दो रह गए इलेक्शन पंजाब दी इलेक्शन दे विच सारी दुनिया नूं लगदा सी पंजाब तां जित लिया पंजाब दा रौला ही कोई नहीं 100 सीट का जय ही नहीं कितने चलते आ गया पर लेकिन एक्सपेरिमेंट बड़ा माड़ा हो गया क्योंकि जेडे आम आदमी पार्टी नूं दित्तियां उस पंजाब दे विच तुसीं सीट दे विचों संजय सिंह दुर्गेश पात्र उन्होंने अगुवाई दे विच बच्चा बंदे था उत्थे जी मैं सिर्फ तां ही गल जो आना कि की पंजाब दे लोक अपना भविख सवार अपनी लड़ाई लड़न दे काबल नहीं जी उन्होंने कोई दिक्कत है ही हरदीप सिंह कनेडा दे विच जाके उत्थों चीफ दा डिफेंस मिनिस्टर बन सकदा जी तां फिर पंजाब दे लोक आपदा क्यों नहीं इत्थे की लोड़ सी जे दिल्ली तों जां बाहर दे लोक सी उन्होंने लोगों को भेजा गया पंजाब के लोगों ने पलकों से उठाया उन्होंने लेकिन जो कुछ उन्होंने जो उन्होंने कार विहार से जो उन्होंने वतीरा से जो उन्होंने रवैया जो कुछ उन्होंने किया कराया मैं नहीं दिख पैदा यह तो उस वे भी इल्जाम लग लेकिन जो चोना हार गए चोना हारन तो जिन्हें लीडर सारे लीडर के पहले पहले से निगाह मार दो जिन्हें लीडर ने अमरीका बख्शे एच एस स्कूल करता है कि लास्ट भगवंत सिंह मान जी आते भी कहते भगवान सिंह मान ने इसका देता भी अल्टीमेटम देता भी इसका चले मैं क्या बदेसा चले रोकिया केजरीवाल ने कि बदेसा ना जाओ पर अभी देखिए 27 प्रोमीनेंट आम आदमी पार्टी के आगू है जो लिख के भेज रहे भगवंत मान ना अपना जी चलो उन्होंने गल के उन्होंने बनाता इस वे जेडे इस वे लीडर बदे हो रहे जी बूटा साहब पंजाब के सैटल है उन्होंने बनाता विरोधी धिर का आगू खैरा साहब नाता खैरा साहब ने भगवंत मान से प्रधान बन गया उस मीटिंग में चीफ किए थे जी। और अगला रह गया गुरप्रीत सिंह फडैत पत्रकार पहला उन्होंने लिया गया पत्रकार छोटे पुराला प्रकरण होया जी अपने करके कहता जी
बेईमान बच्चा 2 लाख रुपया लेता सी। मैं उस वे भी कहता सी कि कुछ लोग ईमानदार सिर्फ इस करके होंगे कि उन्होंने लुटन का मौका नहीं मिलता जी। कुछ लोग होंगे असि ईमानदार उन्होंने कहे जिन्होंने लोगों मौके मिले कि उन्होंने लुट खुश नहीं की जी। तो इस गल का अफसोस है कि छोटेपुर के उन्होंने बहार किया उदो बहुत सारे आम आदमी पार्टी समर्थक इन्होंने सुचा सिंह का नाम बिगाड़ के पेश करता अगे छोटेपुर जी। सुचा सिंह छोटेपुर की तुम्हें देखो जरा बंदा स्टूडेंट हो पिंड का सरपंच बन गया ब्लाक समिति का मैंबर बन गया जिहड़ा बंदा अपनी कॉलेज की पढ़ाई खत्म करने वेले लैंडमार्क कमेटी का चेयरमैन बन गया जी। बंदे का सहुरा अकाली दल का प्रधान होंगे जथेदार मोहन सिंह तुरते किट दे करके इनकार कर दे कि काका तेरे च योग्यता सारिया तू डिजर्व करना है कि तेन किट इस करके नहीं दिखी जा सकती कि तू प्रधान का जवाई है कि मैं प्रधान भाई मैं नहीं वो बंदे नु वजीफा का मौका मिलिया सुरजीत सिंह बरनाला की सरकार के मंत्री रहा मैं कड के देखो किन्ने क बंदे है जिन्हों के खिलाफ चार्जेस ना लगे हूं कि लुटमार की है लेकिन छोटेपुर के खिलाफ नहीं कि तू चार्ज लगे बाद बंदे ने पांठी बनाई इल्जाम ही ला गया बंदे ने 2 लाख रुपया लिया कह रहा कि मेरे कोई जथेबंद ढांचा नहीं मेरे को फैक्ट्री नहीं मेरे को ज्ञान की नहीं पैसे मैं पार्टी चलाना मेरा कोई खजाना नहीं पैसा नहीं उल्टा दिल्ली वाली होंगी उस इलेक्शन के मैं 22 लाख रुपया दिखे हाँ पर सिंह करता जरा सिटिंग कट पड़ा गुरलाल सिंह की चोना तो एक दिन पहले उन्हें कहता जी मैंने जी हाँ आप माहौल और वह कहना मेनू वरत्या गया जिस बंदे नू भी साडे प्रधान बनाया उहदा नाम सी गुरप्रीत सिंह बड़ायत गुरप्रीत सिंह भुक्की इन्हां ने बड़ायत बना के उत्ते लै आंदा ते अज ओह भी पार्टी तो इस्तीफा दे गया। उस बंदे ने भी चंडीगढ़ प्रेस कॉन्फ्रेंस करके गल कही है जी डिजर्व करदा सीगा सुखपाल सिंह खहरा जी या अपने संधु साहब कंवर संधु ओह बंदे ने यह भी कहता कि जिहड़ा स्टिंग ऑपरेशन ने कहंदे आ सुखपाल सिंह छोटे पुत्र आया ही नहीं अगला एक होर लै लो ਅਸੀਂ ਉਸ ਵੇਲੇ ਵੀ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਨੂੰ ਜਿਵੇਂ ਕਹਿੰਦੇ ਸੀ ਕਿ ਵਲੰਟੀਅਰਾਂ ਦੀ ਪਾਰਟੀ ਹੈ ਤੁਹਾਨੂੰ ਵਲੰਟੀਅਰਾਂ ਦੀ ਰਾਏ ਦੇ ਮੁਤਾਬਕ ਹੀ ਟਿਕਟਾਂ ਮਿਲਣੀਆਂ ਚਾਹੀਦੀਆਂ ਸੀ ਤੇ ਜੇ ਤੁਸੀਂ ਸੁੱਕੀਆਂ ਪਾਰਟੀ ਤੁਹਾਨੂੰ ਟਿਕਟਾਂ ਦਿਓਗੇ ਉਹ ਤੁਹਾਡੇ ਵਾਸਤੇ ਲਾਇਬਿਲਿਟੀ ਬਣ ਜਾਣੀ ਤੁਹਾਡੇ ਵਾਸਤੇ ਬਹੁਤ ਸਾਫ਼ ਹੋ ਜਾਣੀ ਤੇ ਤੁਸੀਂ ਹੁਣ ਸੁਖਨੈਰ ਜੀ ਯਾਦ ਕਰੋ ਇੱਕ ਬੰਦਾ ਸੀ ਅਕਾਲੀ ਦਲ ਦਾ ਪ੍ਰਧਾਨ ਅੰਮ੍ਰਿਤਸਰ ਦਾ ਅੰਮ੍ਰਿਤਸਰ ਅਕਾਲੀ ਦਲ ਸੀ ਉਹਦਾ ਨਾਂ ਹੈ ਉਪਕਾਰ ਸਿੰਘ ਸੰਧੂ ਜੀ। अवतार सिंह संधु कौन है ये अवतार सिंह उस हरमंदर सिंह संधु का भरा है जेड़ा हरमंदर सिंह संधु संत जरनैल सिंह पिंडरां वालियां दे बड़ा करीब हुंदा जी। उस वे संत पिंडरां वालियां दे अगे पिछे जेड़े 3-4 बंदे हुंदे सी उन्हां दे विच उह संधु हुंदा सी अवतार सिंह संधु का भरा हरमंदर सिंह संधु तुहाडा हुंदा जिरपा सिंह बलटोहा जी अमरजीत सिंह चावला ये सारे लोग होंगे तो फिर शायद थोड़े याद ना हो जो छोटे जेडे लोग उस मूवमेंट न जुड़े रहे उस इतिहास न जुड़े रहे हैं उन्होंने याद होगा कि उदो अखबारों के खबर भी प्रकाशित हो एक फेडरेशन के लीडर के भरा पाकिस्तान के स्मगलर अगवा करके लगे अच्छा हूं पाकिस्तान के उत्ते लगिया हुई जिड़िया तारा तूर लगिया हुई उस बार्डर खुला जी। और बार्डर से रहने वाले लोग स्मगलिंग वगैरह कर रहे थे इस पक्ष न पाकिस्तान वाले लोग चक के लगे पाकिस्तान के स्मगलिंग चक के लगे इस पक्ष के खिलाफ दोस्तों का यह थी कि सब तो स्मगलिंग का जो समान आया समान लाया बंदे ने पैसे नहीं दिए अभी बार बार आने पैसे नहीं दिता फोन चक के ले गए और चुक के ले जाने तो बाद फिर भी बंदे कि वापस करवाया जाए उस वे प्रकाश सिंह बलटोहा भाई अमरीत सिंह होर गल की संधु साहब ने कि आप बंदे नू वापस बुलाइए संतां दी मदद लईए संत पिंडरां दी कहिंदे जी संत ध्यान से आ गया कि अपना विधायक इहदे काम करदा है कि संतां बिलकुल ही सारा सारा कुछ तैयार देना चलो भाई अमरीक सिंह नू विच पाया जिरपा सिंह बलटोहा दीआं सभावां लईआं गईआं ओह बंदा पिंडां दे पैसे उतार के कर्जा उतार के पाकिस्तान आया तो वापस लै आंदा जो बंदा इंडिया च वापस आया अमृतसर पहुंचया गुरसिख बंदा जरा कहता समग्रिंग का काम करता मूह सिर मुनिया हो पाकिस्तान वाले ने मूह सिर मुनता कौन सी
ਉਸ ਬੰਦੇ ਦਾ ਨਾਂ ਸੀ ਅਵਤਾਰ ਸਿੰਘ ਜੀ। ਉਹ ਅਵਤਾਰ ਸਿੰਘ ਸੰਧੂ ਨੂੰ ਬਾਅਦ ਵਿਚ ਅਕਾਲੀ ਦਲ ਜਾਓ ਲੀਡਰ ਬਣ ਗਿਆ, ਅਕਾਲੀ ਦਲ ਦਾ ਪ੍ਰਧਾਨ ਬਣ ਗਿਆ। ਤੇ ਜਿਹੜੀ ਪਾਰਟੀ ਤ੍ਰਿਪਲ ਸੀ ਤੇ ਚੱਲਦੀ ਸੀ, ਕਰਾਈਮ ਕਰਪਸ਼ਨ ਕਰੈਕਟਰ ਲੈਸੇ ਬੰਦੇ ਸੀ, ਅੱਗੇ ਨਹੀਂ ਆਉਣ ਦੇ ਜੀ। ਉਹਨਾਂ ਨੇ ਫਿਰ ਅਵਤਾਰ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ ਬੈਂਕ ਬੜਾ ਰੌਲਾ ਪਿਆ, ਲੋਕਾਂ ਨੇ ਕਿਹਾ ਕੀ ਕਰੀਏ ਇਹੋ ਜਿਹੇ ਬੰਦਿਆਂ ਨੂੰ ਨਾ ਲੈ ਕੇ ਆਓ, ਕਹਿੰਦੇ ਨਹੀਂ। ਫਿਰ ਉਹ ਬੰਦੇ ਨੂੰ ਅੰਮ੍ਰਿਤਸਰ ਦੀ ਲੋਕ ਸਭਾ ਦੀ ਲਾਈਲੈਕਸ ਲੜਾਈ ਜੀ। ਅੱਜ ਬੰਦੇ ਦੀ ਸਟੇਟਮੈਂਟ ਆਈ ਹੈ ਅਖਬਾਰਾਂ ਤੇ ਪਾਰਟੀ ਦਾ, ਉਹ ਕਹਿੰਦਾ ਵੀ ਆਮ ਆਦਮੀ ਪਾਰਟੀ ਡਬਲ ਏ ਪੀ ਹੈ ਜੀ, ਇਹਦਾ ਨਾਂ ਬਦਲ ਕੇ ਕਹਿੰਦੇ ਜੀ ਟ੍ਰਿਪਲ ਪੀ ਕਰ ਦਿਓ ਜੀ। ਪਰ ਕਿਹਦਾ ਮਤਲਬ ਟ੍ਰਿਪਲ ਪਾਰਟੀ ਉਹ ਪੰਜਾਬ ਨਹੀਂ ਜੀ, ਉਹਦਾ ਮਤਲਬ ਹੈ ਉਹਨੇ ਨਾਲ ਫਿਰ ਵਿਆਖਿਆ ਕੀਤੀ ਕਿ ਇਹਦਾ ਨਾਂ ਧਰ ਤੂੰ ਪੈਗ ਪਾਇਆ ਉਹ ਪੰਜਾਬ ਜੀ। ਟਾਰਗੇਟ ਕਿਹਨੂੰ ਕੀਤਾ? ਭਗਵੰਤ ਮਾਨ। ਤੇ ਹੁਣ ਤੁਸੀਂ ਇਹ ਦੇਖੋ, ਭਗਵੰਤ ਮਾਨ ਨੇ ਪ੍ਰਧਾਨ ਬਣਨ ਤੋਂ ਬਾਅਦ ਜਿਹੜਾ ਪਹਿਲਾ ਫੈਸਲਾ ਲਿਆ, ਪਹਿਲਾ ਚੀਜ਼ ਕੀਤਾ, ਉਸੇ ਉਪਕਾਰ ਸਿੰਘ ਸੰਧੂ ਨੂੰ ਕੱਢਿਆ ਜਿਹੜੇ ਨੂੰ ਲੋਕ ਕੇ ਦਿੱਤਾ। ਤੋ ਵਲੰਟੀਅਰਾਂ ਦੀ ਪਾਰਟੀ ਸੀ, ਵਲੰਟੀਅਰਾਂ ਵਾਲੀ ਨਹੀਂ ਰਹੀ। ਇਹ ਇਸ ਵੇਲੇ ਤੱਕ ਇਹਦਾ ਆਪਾਂ ਪਹਿਲਾਂ ਪਾਸਟ ਡਿਸਕਸ ਕਰ ਲਿਆ, ਹੁਣ ਆਪਾਂ ਪ੍ਰੈਜੈਂਟ ਡਿਸਕਸ ਕਰ ਲਿਆ। ਪ੍ਰੈਜੈਂਟ ਜਿਹੜਾ ਹੈਗਾ ਉਹ ਖੱਤਰੀਆਂ ਕਰ ਰਿਹਾ ਵਾ, ਅਜੇ ਵੀ ਕੋਈ ਇਹਦੇ ਚ ਭੁਲੇਖਾ ਨਹੀਂ ਕਿ ਅਜੇ ਵੀ ਬਹੁਤ ਸਾਰੇ ਬੰਦਿਆਂ ਨੂੰ ਯਾਦ ਹੈ ਕਿ ਇਹ ਪਾਰਟੀ ਕੁਛ ਕਰ ਫਿਕਰ ਕੀ ਹੋ ਇਹਦੇ ਵਾਸਤੇ ਦਿੱਤੀ ਹੈ ਕਿ ਫਿਕਰ ਵਾਸਤੇ ਤੁਹਾਨੂੰ ਆਪਣੀਆਂ ਨੀਤੀਆਂ ਤੇ ਨੀਤ ਦੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਵੇਲੇ ਇਹ ਆਮ ਆਦਮੀ ਪਾਰਟੀ ਇਸ ਪਾਰਟੀ ਦੇ ਬਣਨ ਦੇ ਵਿਚ ਜਿਹੜਾ ਅਮਲ ਹੈ ਉਹ ਸੰਬੰਧਿਤ ਜੋ ਕੁਛ ਅਜਿਹੀਆਂ ਸ਼ਖਸੀਅਤਾਂ ਦਾ ਵੀ ਹੈ, ਕੁਝ ਅਜਿਹੀਆਂ ਆਰਗੇਨਾਈਜੇਸ਼ਨ ਦਾ ਵੀ ਹੈ ਜਿਹੜੀਆਂ ਆਮ ਲੋਕਾਂ ਨੂੰ ਦਿੱਤੀਆਂ ਨਹੀਂ। ਮੈਂ ਤੁਹਾਡੇ ਨਾਲ ਕੀ ਵਾਲੀ ਗੱਲ ਕੀਤੀ ਹੁਣ ਆਪਾਂ ਉਸ ਗੱਲ ਦੁਬਾਰਾ ਫੇਰ ਆਉਂਦੇ ਜੋ ਦਿਖਦੀ ਕਿ ਨਹੀਂ। ਜਦੋਂ ਇਹ ਮੂਵਮੈਂਟ ਚੱਲੀ ਹੈ ਮੂਵਮੈਂਟ ਅਗੇਂਸਟ ਕਰਪਸ਼ਨ ਜੀ, ਉਸ ਤੇ ਇਸ ਮੂਵਮੈਂਟ ਦਾ ਹੈੱਡਕੁਆਟਰ ਦਿੱਲੀ ਦੇ ਵਿਨੋਬਾ ਭਾਵੇ ਫਾਊਂਡੇਸ਼ਨ ਜੀ, ਔਰ ਵਿਨੋਬਾ ਭਾਵੇ ਫਾਊਂਡੇਸ਼ਨ ਦੇ ਉੱਤੇ ਕੰਟਰੋਲ ਕਿਹਦਾ ਹੈ? ਉਸ ਤੇ ਮੁਕੰਮਲ ਤੌਰ ਦੇ ਉੱਤੇ ਕੰਟਰੋਲ ਆਰ ਐਸ ਐਸ ਦਾ ਸਹੀ, ਔਰ ਵਿਨੋਬਾ ਭਾਵੇ ਫਾਊਂਡੇਸ਼ਨ ਦੇ ਵਿਚ ਬੈਠ ਕੇ ਓਪਰੇਟ ਕਰਨ ਵਾਲੇ ਬੰਦੇ ਕੌਣ ਸੀ? ਉਨ੍ਹਾਂ ਦੇ ਵਿਚ ਬੰਦੇ ਦਾ ਨਾਂ ਅਜੀਤ ਡੋਵਾਲ। ਅਜੀਤ ਡੋਵਾਲ ਭਾਰਤ ਦਾ ਬਹੁਤ ਵੱਡਾ ਜਸੂਸ ਹੈ। ਅਜੀਤ ਡੋਵਾਲ ਹਾਂਜੀ, ਅਜੀਤ ਡੋਵਾਲ ਜਿਹੜਾ ਹੈਗਾ ਤੁਹਾਡਾ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਤੇ ਬਾਅਦ ਇੱਥੋਂ ਦੇ ਜਿਹੜੇ ਹੈਗੇ ਖਾੜਕੂ ਮੂਵਮੈਂਟ ਉਹਦੇ ਵਿਚ ਵੀ ਕਿਰਦਾਰ ਹੈ। ਪਾਕਿਸਤਾਨ ਦੀ ਆਈ ਐਸ ਆਈ ਦਾ ਕੰਮ ਕਹਿ ਕੇ ਕਰਦਾ ਰਿਹਾ ਉਹਨਾਂ ਬੰਦਿਆਂ ਨੂੰ ਜੀ, ਰਿਕਸ਼ਾ ਵੀ ਚਲਾਉਂਦਾ ਰਿਹਾ ਜੀ ਕਹਿੰਦੇ ਅੰਮ੍ਰਿਤਸਰ ਦੇ ਵਿਚ। ਹਾਂ ਸਾਰਾ ਕੁਛ ਕੀਤਾ ਉਹ ਬੰਦਾ, ਓਪਰੇਟ ਕਰਦਾ ਸੀ ਸਾਰਾ ਕੁਛ ਇਸ ਮੂਵਮੈਂਟ। ਉਦੋਂ ਦਾ ਕਾਰਨ ਇਹ ਸੀਗਾ ਜਿਹੜਾ ਸੁਖਬੈਰ ਜੀ ਆਪਾਂ ਦੇਖੀਏ ਕਿ ਆਰ ਐਸ ਐਸ ਦੀ ਇੱਕ ਬਹੁਤ ਵੱਡੀ ਪਿਆਰ, ਆਰ ਐਸ ਐਸ ਇਹ ਨੀ ਚਾਹੁੰਦੀ ਕਿ ਇਸ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਵੇ ਜਾਂ ਇਸ ਦੇਸ਼ ਦਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਹੋਵੇ। ਉਹ ਕਹਿੰਦੇ ਇਸ ਦੇਸ਼ ਦਾ ਪ੍ਰਧਾਨ ਮੰਤਰੀ ਉਹ ਹੋਣਾ ਚਾਹੀਦਾ, ਪਾਰਟੀ ਉਹ ਸੱਤਾ ਚ ਹੋਣੀ ਚਾਹੀਦੀ ਹੈ ਜਿਹੜੀ ਹਿੰਦੂ ਧਰਮ ਦੀ ਮੰਗਈ ਹੋਵੇ, ਜਿਹੜੀ ਹਿੰਦੂ ਧਰਮ ਦੇ ਹੱਕ ਦੇ ਵਿਚ ਕੰਮ ਕਰਦੀ ਹੋਵੇ, ਜਿਹੜੀ ਹਿੰਦੂ ਧਰਮ ਨੂੰ ਇੰਪਲੀਮੈਂਟ ਕਰਦੀ ਹੋਵੇ। ਉਸ ਤਰ੍ਹਾਂ ਉਹਨਾਂ ਨੂੰ ਲੋੜ ਕੇ ਇਸ ਗੱਲ ਦੀ ਕਾਂਗਰਸ ਨੂੰ ਹਟਾਉਣ ਵਾਸਤੇ, ਤੇ ਜਿਹੜਾ ਤੁਸੀਂ ਦੇਖੋ ਕਾਂਗਰਸ ਮੁੱਖ ਭਾਰਤੀ ਦਾ ਨਾਰਾ ਲੱਗ ਜਾਂਦਾ ਸੀ। ਉਹ ਨਾਰੇ ਦਾ ਮਕਸਦ ਇਹ ਸੀ ਕਿ ਦੇਸ਼ ਦੇ ਵਿਚ ਇੱਕ ਅਜਿਹੀ ਪਾਰਟੀ ਖੜੀ ਕੀਤੀ ਜਾਵੇ ਜਿਹੜੀ ਹਿੰਦੂ ਧਰਮ ਦੀ ਮਿਲੇ ਸੀ। ਉਹਨਾਂ ਨੂੰ ਉਸ ਵੇਲੇ ਉਮੀਦ ਇਹ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਹੈ, ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਦਾ ਬਦਲ ਬਣ ਸਕਦੀ ਹੈ ਜੀ। ਕਾਂਗਰਸ ਪਾਰਟੀ ਸੈਕੂਲਰ ਹੈ, ਸੈਕੂਲਰਿਜ਼ਮ ਦਾ ਦਾਵਾ ਭਾਵੇਂ ਆਮ ਆਦਮੀ ਪਾਰਟੀ ਨੇ ਵੀ ਕੀਤਾ ਸੀ। ਜਿਹੜੀ ਦਿੱਲੀ ਵਾਲੀ ਇਲੈਕਸ਼ਨ ਹੋਈ ਹੈ, ਦਿੱਲੀ ਦੀ ਇਲੈਕਸ਼ਨ ਤੋਂ ਸ਼ਾਹੀ ਇਮਾਮ ਨੇ ਪੇਸ਼ਕਸ਼ ਕੀਤੀ ਇਮਾਮ ਬਗੈਰ ਸ਼ਰਤ ਤੋਂ ਵੋਟ ਪਾਉਣ ਨੂੰ ਤਿਆਰ ਹੈ, ਕਿਉਂਕਿ ਕੇਜਰੀਵਾਲ ਹੋਣਾ ਨੇ ਇਹ ਕਹਿ ਕੇ ਉਸ ਪੇਸ਼ਕਸ਼ ਰੱਦ ਕਰਤਾ ਸੀ ਕਿ ਨਹੀਂ ਸਾਡੀ ਪਾਰਟੀ ਸੈਕੂਲਰ ਪਾਰਟੀ ਅਸੀਂ ਨਹੀਂ ਲੈ ਤੁਹਾਡੀ। ਲੇਕਿਨ ਪੰਜਾਬ ਦੇ ਵਿਚਾਰ ਤੋਂ ਸਾਰਾ ਕੁਝ ਚਲੋ ਕੀ ਹੋਇਆ, ਕਿਉਂ ਹੋਇਆ ਜੀ? ਇਹਦਾ ਕਾਰਨ ਇਹ ਸੀ ਕਿ ਜਿਹੜੇ ਸੈਕੂਲਰ ਬੰਦੇ, ਜਿਹੜੇ ਸੈਕੂਲਰ ਸੋਚ ਦੇ ਬੰਦੇ ਸੈਕੂਲਰ ਸੀ, ਅਰਵਿੰਦ ਕੇਜਰੀਵਾਲ ਹੋਰਾਂ ਦੇ ਨਾਲ ਖੜੇ, ਉਹ ਕੱਲੇ ਕੱਲੇ ਕਰਕੇ ਇੱਕ ਸਾਜਿਸ਼ ਦੇ ਅਧੀਨ ਉਹਨਾਂ ਨੂੰ ਸਾਬਤ ਕਰ ਦਿੱਤਾ। ਮੈਂ ਉਹ ਕਹਿੰਦਾ ਪ੍ਰੋਫੈਸਰ ਪ੍ਰਸ਼ਾਂਤ ਸ਼ਾਂਤੀ ਭੂਸ਼ਣ ਤੋਂ ਲੈ ਕੇ ਭੂਸ਼ਣ ਜਿਹੜੇ ਹੈਗੇ ਆ ਪ੍ਰੋਫੈਸਰ ਆਨੰਦ ਕੁਮਾਰ ਤੱਕ, ਉਹਨਾਂ ਸਾਰਿਆਂ ਨੂੰ ਸਾਬਤ ਕਰਤਾ, ਜਿਹਨਾਂ ਚ ਗਾਂਧੀ ਵਗੈਰਾ ਸਾਰੇ ਹੈਗੇ। ਨਰੋਲ ਹੋ ਕੇ ਬਾਕੀ ਬੰਦੇ ਰਹਿ ਗਏ, ਸੰਜੇ ਸਿੰਘ, ਦੁਰਗੇਸ਼ ਪਾਠਕ, ਇਹਨਾਂ ਦੀ ਵਿਚਾਰਧਾਰਕ ਕ੍ਰੈਡੀਬਿਲਟੀ ਕੀ ਅਸੂ ਵਿਚਾਰਧਾਰਕ ਕ੍ਰੈਡੀਬਿਲਟੀ ਉਦੋਂ ਉਹਨਾਂ ਦਾ ਮਕਸਦ ਸੀ ਆਪਾਂ ਪਾਰਟੀ ਨੂੰ। ਲੇਕਿਨ ਪੰਜਾਬ ਵਾਲੀ ਇਲੈਕਸ਼ਨ ਪਾਰਟੀ ਨਹੀਂ ਕਾਮਯਾਬ ਨਹੀਂ ਪਾਰਟੀ ਦੇ ਵਿੱਚੋਂ, ਤੇ ਹੁਣ ਆਪਾਂ
केजरीवाल का जो फोड़ है या आप कह सकते हैं अर्ब सुभा उस अर्ब सुभा के चलते भी मैंने देखा कि साड़ी गल नहीं बननी उस वे फिर उन्होंने थोड़ा जा अपना हथ कोशिश की हम केजरीवाल का भी धोखा दे तो इस वे चाहे कपिल मिश्रा बोलता है जी कपिल से बोले बुलाने वाले कौन है फिर इसके द्वारा आरएसएस वाली खेडा फिर खेड रही इस वास्ते उनका सब तो बड़ा सवाल इन्होंने वास्ते केजरीवाल साहब वास्ते इस पार्टी वास्ते वो ये है कि यह पहली गल तो अपना विचारधारक तौर पर कलैरिफिकेशन की इन्होंने विचारधारा की देखोगे जिन्हों पार्टियां की विचारधारा है उन्होंने मतभेद भी होंगे उन्होंने पार्टियां बंद कड भी दिता जाए लेकिन वो इस तरह की कुकर खेल नहीं हराते जिम्मे हम आम आदमी पार्टी चो कटे वे लोग क्योंकि इन्होंने कोई विचारधारा नहीं है लोगों प्रति बंदे जी जे आप इतिहास देखिए कम्यूनिस्ट पार्टियां कम्यूनिस्ट ने किन्ने ग्रुप है कि पार्टी उन्होंने बथेरे बंद कड देंगे वो विचारधारक तौर पर लड़ी जाएंगे जत्थेबंधक तौर पर लड़ी जाएंगे लेकिन कदम वो इल्जाम नहीं लगे कि फलाना बंदा इना माड़ा ਸਗੋਂ ਜਿਹੜੇ ਬੰਦੇ ਮਾੜੇ ਹੁੰਦੇ ਆ ਉਹਨਾਂ ਮਾੜਿਆਂ ਬੰਦਿਆਂ ਦੀਆਂ ਜਿਹੜੀਆਂ ਮਾੜੀਆਂ ਕਰਤੂਤਾਂ ਉਹਨਾਂ ਤੇ ਪਰਦੇ ਵੀ ਪਾਉਂਦੇ ਕਿ ਇਹਦੇ ਨਾਲ ਮੂਵਮੈਂਟ ਬਦਨਾਮ ਹੋਊ ਲਹਿਰ ਬਦਨਾਮ ਹੋਊ ਜੀ ਸੋ ਇਸ ਕਰਕੇ ਇੱਕ ਤਾਂ ਇਹਨਾਂ ਦੀ ਵਿਚਾਰਧਾਰਕ ਲੈਸੀ ਹੋਣੀ ਚਾਹੀਦੀ ਹੈ ਦੂਜੀ ਗੱਲ ਕਿ ਵਿਚਾਰਧਾਰਕ ਤਾਂ ਚੰਗੇ ਹੁੰਦੇ ਇਹਨਾਂ ਦੇ ਨਾਲ ਜੁੜੇ ਹੋਏ ਸੀਗੇ ਪ੍ਰਕਾਸ਼ਪੁਰਾਂ ਤੋਂ ਲੈ ਕੇ ਪ੍ਰੋਫੈਸਰ ਅਨੰਦ ਕੁਮਾਰ ਹੋਰੀ ਦੀ ਪੁਰਾਣੀ ਟੀਮ ਉਸ ਪੁਰਾਣੀ ਟੀਮ ਨੂੰ ਇਕੱਤਰ ਕਰਨ ਪੁਰਾਣੀ ਟੀਮ ਨੂੰ ਇਕੱਤਰ ਕਰਕੇ ਤੇ ਇਹ ਗੱਲ ਛੱਡ ਦੇਣ ਕਿ ਸਿਰਫ ਤੇ ਸਿਰਫ ਅਸੀਂ आम आदमी पार्टी ने किसी ना समझौता नहीं करना कि लोड़ है साढ़े नाल हूं लोड़ है कि जेड़ा आर एस एस जेड़ा नरेंद्र मोदी है देश के लिए देश प्रेजेंट जो है रूप रूप है ये छेड़छाड़ करके इन नरोल हिंदुत्व वाले पास कानाशाही वाले पास लैके जा रहे हैं ये खिलाफ हटा मोर्चा बनाने की जरूरत और वो मोर्चा बिना शक मेरी अज भी समझ बन रही है कि जे केजरीवाल अपने थोड़ा जा अडवाई पूरा कर दे और ये मिशन लैके तुर पे कलकत्ते तो लैके ममता बैनर्जी तो लैके फारूख अब्दुल्ला तक इन्होंने सारे लोगों नाल लैके एक सदा मोर्चा बनाने सैकुलरिज्म वाला कम्यूनलिज्म के खिलाफ और आर एस एस नीतियां फेल करने वास्ते इस पार्टी का भविष्य जरा है आप कह सकते हैं लेकिन जे भविख ना संभालिया विचारधारक तौर ठीक तरह ना लिया जिन्हें कह सकते हैं हम खैर पार्टी है हम खैर पार्टियां एक सूत्र च ना बनिया इस वे बहुत वड्डा क्राइसिस है हम खैर पार्टियां एक सूत्र च बनने वास्ते किसी चंगे दर्जी की लोड़ है जेड़ा तोपे ला ला के सारे इकट्ठे कर सके नीतीश कुमार ने पहलकदमी की है लेकिन नीतीश कुमार की बदकिस्मती यह होगी कि जेडे लालू यादव के नाल गठजोड़ है कट्ठा होकर उन्होंने इस भारतीय जनता पार्टी हराया उस लालू यादव के खिलाफ चारा घोटाले वाला मुकदमा चलाने की फिर इजाजत देती है सुप्रीम कोर्ट नाल बिहार के लालू प्रसाद के परिवार के बड़े स्कैंडल निकलने शुरू हो गए हूं इस जे तो नीतीश कुमार लालू प्रसाद होर तो छुटकारा कर दिया ढेर बटी है इन्होंने एमएलए ज्यादा सरकार टूट रही है जे उन्होंने रहा तो क्रेडिबिलिटी खतरे पैंती है करप्ट बंदे फंडा खड़ोता है ममता बैनर्जी की जे आप गल करिए ममता बैनर्जी बहुत तबी है एक बहुत वही धिर है जी सैकुलरिज्म के हक कम्यूनलिज्म के विरोध खड़ सकती है वह लैफ्ट वाले लैफ्ट वाले नहीं बनती एजी परिस्थितियां कुछ बंदा दिखता आस की किरण वो है केजरी देखो केजरीवाल की एक गल तो भावे अभी इंजाम लाई जाते हैं केजरीवाल से कि ने 2 करोड़ रुपया ला लिया ने 5 करोड़ रुपया ला लिया जो मर्जी खर्चा लेकिन केजरीवाल के कट्टर विरोधी जो दुश्मन है वो भी यह मनने तैयार नहीं कि केजरीवाल कुरप्ट है या पैसे ले गए बेशक ले लेकिन प्रभाव बनया प्रभाव यह बने कि केजरीवाल अजिहा नहीं कर केजरीवाल तब्दीली लैके आया यह ठीक है वक्री गल है कि राजपाल करता हरेक बंद की करता है हरेक बंद का यह ਉਹਦੀ ਮਨਸ਼ਾ ਹੁੰਦੀ ਹੈ ਕਿ ਮੇਰੀ ਮਹਿਮਾ ਹੋਵੇ ਮੰਨਣ ਕੇ ਪਤਾ ਬੜਾ ਵਧੀਆ ਲੇਕਿਨ ਕੁਰਪਸ਼ਨ ਦੇ ਲਿਹਾਜ਼ ਨਾਲ ਕੀ ਹੈ ਆਪਾਂ ਮੇਰਾ ਨੀ ਖਿਆਲ ਅਜੇ ਤੱਕ ਹਿੰਦੁਸਤਾਨ ਦੀ ਵੱਡੀ ਬਹੁ ਗਿਣਤੀ ਜਿਹੜੀ ਹੈ ਉਹ ਕੇਜਰੀਵਾਲ ਨੂੰ ਕੁਰਪਟ ਨਹੀਂ ਮੰਨਦੀ ਜੋ ਮਰਜ਼ੀ ਹੈ ਕਪਿਲ ਮਿਸ਼ਰਾ ਕਹੀ ਜਾਵੇ ਜੋ ਮਰਜ਼ੀ ਅਸੀਂ ਹੋਰ ਕਪਿਲ ਮਿਸ਼ਰਾ ਵਾਲੀ ਗੱਲ ਨੂੰ ਆਪਾਂ ਥੋੜਾ ਜਿਹਾ ਅੱਗੇ ਵਧਾਈਏ ਇੱਕ ਤਾਂ ਬੇਨਤੀ ਹੈ ਜੀ ਸੱਜਣਾਂ ਨੂੰ ਕਿਉਂਕਿ ਕੋਈ ਵੀ ਕਾਲ ਨਾ ਕਰੋ ਜੀ ਪਲੀਜ਼ ਅਸੀਂ ਪਹਿਲਾਂ ਦੀਆਂ ਕਾਲਾਂ ਨਹੀਂ ਲੈ ਰਹੇ ਤੇ ਹੁਣ ਵੀ ਕਿਸੇ ਦੀ ਕਾਲ ਨਹੀਂ ਲੈਣੀ ਮਿੰਟ ਸਾਡੇ ਕੋਲੇ 12 ਹੋਰ ਨੇ ਇਹ ਦੋ ਵੀ ਘਟ ਗਿਆ ਟਾਈਮ ਮੈਂ ਢਿੱਲੋਂ ਸਾਹਿਬ ਤੋਂ 2 ਗੱਲਾਂ ਹੋਰ ਪੁੱਛਣੀਆਂ ਜੀ ਮੈਂ ਖੁਦ ਨਹੀਂ ਸਵਾਲ ਕੀਤਾ ਹਜੇ ਤੱਕ ਤੁਹਾਡੀ ਗੱਲ ਆਪਾਂ ਕਿਵੇਂ ਲੈ ਲਾਂਗੇ
ਤੇ ਢਿੱਲੋਂ ਸਾਹਿਬ ਜਿਵੇਂ ਹੁਣ ਦੋਸ਼ ਲਾਏ ਜਾ ਰਹੇ ਆ ਕਪਿਲ ਮਿਸ਼ਰਾ ਦੇ ਵੱਲੋਂ ਕਿ ਪੰਜ ਬੰਦੇ ਸੀ ਭਾਈ ਉਨ੍ਹਾਂ ਚ ਦੁਰਗੇਸ਼ ਪਾਠਕ, ਸੰਜੇ ਸਿੰਘ, ਆਸ਼ੂਤੋਸ਼, ਆਸ਼ੀਸ਼ ਖੈਤਾਨ, ਇਨ੍ਹਾਂ ਦਾ ਨਾਂ ਲਿਆ ਜਾ ਰਿਹਾ ਕਿ ਵਿਦੇਸ਼ ਯਾਤਰਾਵਾਂ ਇਨ੍ਹਾਂ ਨੇ ਕੀਤੀਆਂ ਤੇ ਵਿਦੇਸ਼ਾਂ ਦੀਆਂ ਯਾਤਰਾਵਾਂ ਦੇ ਦੌਰਾਨ ਪੈਸਾ ਕਿੱਥੋਂ ਆਇਆ, ਉਥੇ ਕੀ ਕਰਨ ਗਏ, ਇਹ ਪੈਸਾ ਨਿੱਜੀ ਸੀ ਜਾਂ ਸਰਕਾਰੀ ਟੂਰ ਦੇ ਉੱਤੇ ਗਏ। ਇਹ ਤਾਂ ਪੰਜਾਬ ਦੇ ਵੀ ਕੁਝ ਲੀਡਰ ਗਏ ਆ ਜੀ, ਉਹ ਡਾਲਰ ਉਧਰ ਸੁੱਖ ਨਾਲ ਬਾਹਰੋਂ ਚੰਗੇ ਆਏ ਨੇ, ਇਹ ਮਾਮਲਾ ਵੀ ਅੜਿੱਕਾ ਬਣ ਸਕਦਾ ਜਾਂ ਨਹੀਂ ਬਣ ਸਕਦਾ ਤੁਹਾਡੇ ਮੁਤਾਬਕ? ਦੇਖੋ ਗੱਲ ਕੀ ਹੈ ਕਿ ਜਦੋਂ ਵਿਦੇਸ਼ੀ ਯਾਤਰਾਵਾਂ ਤੇ ਬੰਦੇ ਜਾਂਦੇ ਆ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਉਹ ਪੈਸਾ ਉੱਥੇ ਸਮਝੋ। ਮਿਸਾਲ ਪੈਸਾ ਇਕੱਤਰ ਕਰਨਾ, ਇਲੈਕਸ਼ਨ ਦੇ ਵਿੱਚ ਪੈਸਾ ਬੜਾ ਲੱਗਦਾ, ਪੰਜਾਬ ਦੀ ਇਲੈਕਸ਼ਨ ਲਾ ਲਓ, ਦਿੱਲੀ ਦੀ ਇਲੈਕਸ਼ਨ ਲਾ ਲਓ, ਇਹਨਾਂ ਨੇ ਪਾਰਲੀਮੈਂਟ ਦੀ ਚੋਣ ਲੜੀ ਹੈ, ਉਹਦੇ ਵਿੱਚ ਪੈਸਾ ਬਹੁਤ ਲੱਗਦਾ। ਤੇ ਪੈਸਾ ਭਾਰਤ ਦੇ ਵਿੱਚ ਜੇ ਆਪਾਂ ਕਹਿ ਦਈਏ ਤੁਸੀਂ ਵੀ ਬਾਹਰ ਜਾ ਕੇ ਇੱਕ ਨੰਬਰ ਦੇ ਵਿੱਚ ਪੈਸਾ ਲੈ ਕੇ ਆਉਣਾ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਪਾਰਟੀਆਂ ਨੂੰ ਚਲਾਉਣ ਵਾਸਤੇ ਬੜਾ ਕੁਝ ਕਰਨਾ ਪੈਂਦਾ, ਬੜਾ ਹਵਾਲਿਆ ਹਵੂਲਿਆਂ ਵਾਲਾ ਸੌਣ ਜਾਂ ਬਖਰਾ ਹੁੰਦੇ ਆ, ਲੇਕਿਨ ਜੇ ਪਾਰਟੀ ਦੀ ਮਰਜ਼ੀ ਦੇ ਨਾਲ ਗਏ ਆ, ਪਾਰਟੀ ਦੀ ਸੈਂਸ ਦੇ ਨਾਲ ਗਏ ਆ, ਤਾਂ ਮੇਰਾ ਨੀ ਖਿਆਲ ਕੋਈ ਐਡਾ ਵੱਡਾ ਬਣਨ ਵਾਲੀ ਗੱਲ ਹੈ। ਤੁਸੀਂ ਕਪਿਲ ਮਿਸ਼ਰਾ ਇਹ ਗੱਲ ਕਹਿੰਦਾ ਵੀ ਦੱਸੋ ਕੀ ਲੈਣ ਗਏ ਸੀ, ਕਾਹਦੀ ਖਤ ਗਏ, ਕਪਿਲ ਮਿਸ਼ਰਾ ਵੀ ਤਾਂ ਹਾਈਕਮਾਂਡ ਦਾ ਹਿੱਸਾ ਰਿਹਾ, ਕਪਿਲ ਮਿਸ਼ਰਾ ਨੂੰ ਕਿਹਾ ਨੀ ਪਤਾ, ਇਹਦਾ ਮਤਲਬ ਸੀ ਕਪਿਲ ਮਿਸ਼ਰਾ ਉਹਨੂੰ ਨੀ ਬੋਲਿਆ, ਹੁਣ ਕਪਿਲ ਮਿਸ਼ਰਾ ਬੋਲਦਾ ਹੈ, ਤਾਂ ਇਹ ਅਸੀਂ ਕਵਾਂਗੇ ਕਿ ਕਪਿਲ ਜਿਹੜੀ ਰਾਜ ਨਿਰਾਸ਼ਾ ਉਹਦੇ ਵਿੱਚ ਨਿਕਲੇ ਹੋਏ ਜਾਂ ਉਹਦੇ ਵਿੱਚ ਹੋ ਸਕਦਾ ਉਹਨਾਂ ਨੇ ਕੋਈ ਗੜਬੜ ਕੀਤੀ ਹੋਵੇ, ਆਪਾਂ ਨੂੰ ਨੀ ਇਸ ਗੱਲ ਦਾ ਪਤਾ। ਲੇਕਿਨ ਪੰਜਾਬ ਦੇ ਸੰਦਰਭ ਦੇ ਵਿੱਚ ਕਪਿਲ ਮਿਸ਼ਰਾ ਜਿਹੜੀਆਂ ਗੱਲਾਂ ਕਰ ਰਿਹਾ ਹੈ ਉਹਨਾਂ ਗੱਲਾਂ ਦੇ ਵਿੱਚ ਜ਼ਰੂਰ ਕੁਝ ਦਮ ਹੈ, ਔਰ ਉਹੀ ਕਾਰਨ ਹੈ ਕਿ ਪੰਜਾਬ ਦੀ ਚੋਣ ਤੋਂ ਬਾਅਦ ਅਸਤੀਫਾ ਤਾਂ ਰਸਤਾ ਫੇਰੀ ਗਿਆ ਸੰਜੇ ਸਿੰਘ ਨੂੰ, ਲੇਕਿਨ ਇਹ ਤੁਸੀਂ ਦੇਖੋ ਕਿ ਜਿਹੜੀ ਪੰਜਾਬ ਦੇ ਮਾਮਲਿਆਂ ਨਾਲ ਸੰਬੰਧਿਤ ਮੀਟਿੰਗ ਹੋਈ ਹੈ ਜਿਹਦੇ ਵਿੱਚ ਭਗਵੰਤ ਮਾਨ ਨੂੰ ਪ੍ਰਧਾਨ ਇਸ ਦਾ ਬਣਾਇਆ ਗਿਆ, ਉਸ ਮੀਟਿੰਗ ਦੁਰਗੇਸ਼ ਤੇ ਸੰਜੇ ਸਿੰਘ ਦੋਨੋਂ ਨਹੀਂ ਗਏ। ਉਹਦਾ ਮੈਂ ਇੱਕ ਵੱਡਾ ਕਾਰਨ ਸਮਝਦਾ ਕਿ ਸ਼ਾਇਦ ਉਹਨਾਂ ਨੂੰ ਉਹ ਕੀ ਮੀਟਿੰਗ ਤੋਂ ਕਰ ਸਕਦੇ, ਕਿਉਂਕਿ ਜਿਹੜੇ ਪੂਰੀ ਤਰ੍ਹਾਂ ਹਾਰ ਹੋਈ ਹੈ, ਠੀਕ ਹੈ ਭਾਵੇਂ ਆਪਾਂ ਕਹਿ ਦਈਏ 20 ਸੀਟਾਂ ਲੈ ਕੇ ਆਪੋਜੀਸ਼ਨ ਦਾ ਰੁਤਬਾ ਹਾਸਲ ਕਰ ਰਿਹਾ ਨੂੰ ਨਹੀਂ ਮਿਲਿਆ, 17 ਦੇ ਵਿੱਚ 111 ਸੀਟਾਂ ਲੈਣ ਵਾਲੇ ਬੰਦੇ ਦੇ ਘੱਟ ਤੇ ਜੀਆਂ ਤੇ ਆ ਜਾਣ, ਇਹਨੂੰ ਦੂਜੇ ਲੋਕ ਵੀ ਦੇਖਿਆ ਹਾਰ ਵੀ ਬੜੀ ਕਰਾਰੀ ਹੈ। ਕਰਾਰੀ ਹਾਰ ਤੋਂ ਬਾਅਦ ਜਿਵੇਂ ਉਹ ਪਾਸਾ ਬਦਲੇ ਪੰਜਾਬ ਦੇ ਲੀਡਰਾਂ ਦਾ ਸਾਹਮਣਾ ਕਰਨ ਤੋਂ, ਤੇ ਜੋ ਕੁਛ ਫੇਰ ਉਹਨੇ ਕਹਿਤਾ ਕਿ ਇਹਨਾਂ ਨੇ ਪੰਜਾਬ ਦੇ ਵਿੱਚ ਮੇਰੀ ਮੈਂ ਆਪਣੇ ਮੂੰਹੋਂ ਗੱਲ ਕਹਿਣੀ ਨਹੀਂ ਚਾਹੁੰਦਾ ਕਿਉਂਕਿ ਅਸੀਂ ਸ਼ਿਸ਼ਟਾਚਾਰ ਦੇ ਬੰਨੇ ਹੋਏ ਆ, ਸਾਡੀ ਮਰਿਆਦਾ ਬੱਝੇ ਹੋਏ ਆ, ਇਲਜ਼ਾਮ ਬੜੇ ਘਟਗਾ ਲੱਗੇ ਸੀ, ਉਹ ਇਲਜ਼ਾਮਾਂ ਨੂੰ ਆਪਾਂ ਇੱਥੇ ਆਉਣੇ ਯਾਰ ਨਹੀਂ ਦੁਹਰਾਉਣਾ ਚਾਹੁੰਦੇ, ਲੇਕਿਨ ਜਿੰਨਾ ਸੱਚ ਨੇ ਅਖਬਾਰਾਂ ਵਗੈਰਾ ਪੜੀ ਉਹਨੂੰ ਪਤਾ ਹੀ ਹੈ ਕਿਸ ਕਿਸਮ ਦੇ ਇਹ ਇਲਜ਼ਾਮ ਦਾ ਮਤਲਬ ਹੋ ਸਕਦੀ ਹੈ। ਲੇਕਿਨ ਦੂਜੀ ਗੱਲ ਜਿਹੜੀ ਵਿਦੇਸ਼ਾਂ ਜਾਣ ਵਾਲੀ ਹੈ ਉਹ ਮੇਰਾ ਖਿਆਲ ਹੈ ਜੋ ਗਏ ਆ ਤਾਂ ਉਹ ਆਪਦੀ ਪਾਰਟੀ ਦੀ ਸੈਂਸ ਨਾਲ ਗਏ ਹੋਣਗੇ, ਔਰ ਜੇ ਕਿਸੇ ਮਿਸ਼ਨ ਤੇ ਗਏ ਤਾਂ ਪਾਰਟੀ ਦੀ ਗਏ ਹੋਣਗੇ। ਗੁਰਪ੍ਰੀਤ ਘੁੱਗੀ ਹੋਰਾਂ ਦਾ ਕਿੰਨਾ ਕੁ ਨੁਕਸਾਨ ਹੋ ਸਕਦਾ ਜੀ ਪਾਰਟੀ ਨੂੰ, ਕਿਉਂਕਿ ਉਹ ਹੁਣ ਲਾਂਭੇ ਹੋ ਗਏ ਨੇ, ਸਿੱਧਾ ਹੀ ਜਵਾਬ ਦੇਤਾ ਉਹਨਾਂ ਨੇ, ਔਰ ਜਿਹੋ ਜੇ ਦੋਸ਼ ਉਹ ਲਾ ਰਹੇ ਆ ਉਦੋਂ ਬਾਅਦ? ਦੇਖੋ ਗੱਲ ਇਹ ਕਹਿ ਵੀ ਕੁਛ ਨੁਕਸਾਨ ਜਿਹੜੇ ਹੁੰਦੇ ਨਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਬੰਦਾ ਇੰਨਾ ਕੁਛ ਤੋੜ ਕੇ ਲੈ ਗਿਆ ਜੀ। ਜਦੋਂ ਸੁੱਚਾ ਸਿੰਘ ਛੋਟੇਪੁਰ ਨੂੰ ਇਹਨਾਂ ਨੇ ਕਿਹਾ ਕਿ ਤੇਰੇ ਤੇ ਇਹ ਇਲਜ਼ਾਮ ਆ ਤੂੰ ਪੈਸੇ ਲੈ ਗਿਆ ਛੋਟੇ ਤੋਂ ਕਹਿ ਮੈਂ ਪ੍ਰੈਸ ਕਾਨਫਰੰਸ ਕਰੂੰਗਾ, ਮੇਰੀ ਵੀ ਉਸ ਵੇਲੇ ਮਤਲਬ ਮੇਰੇ ਜਿਹੜੀ ਮੇਰੀ ਬੁੱਧੀ ਸੀ ਮੇਰੀ ਬੁੱਧੀ ਨੇ ਨੋਟ ਕੀਤਾ ਕਿ ਸੁੱਚਾ ਸਿੰਘ ਛੋਟੇਪੁਰ ਜਿਹੜਾ ਪ੍ਰੈਸ ਕਾਨਫਰੰਸ ਕਰ ਰਿਹਾ ਨਾ ਉਹ ਕੋਈ ਵੱਡੇ ਪੜਾਕੇ ਪਾਊਗਾ ਜਿਹੜੇ ਪੜਾਕੇ ਆਮ ਆਦਮੀ ਜੀ, ਔਰ ਮੈਂ ਉਹਦੀ ਉਹ ਪ੍ਰੈਸ ਕਾਨਫਰੰਸ ਵੀਡੀਓ ਆਪਣਾ ਟੈਲੀਵਿਜ਼ਨ ਦੇ ਸਾਹਮਣੇ ਬੈਠ ਕੇ ਐਸ ਅੱਖਰ ਅੱਖਰ ਉਹ ਆਪਦੀ ਗੱਲ ਕਰਦਿਆਂ ਕਰਦਿਆਂ ਜਦੋਂ ਇਸ ਗੱਲ ਤੇ ਆਇਆ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਦੋਂ ਜੂਥ ਪਹਿਲੀ ਪ੍ਰੈਸ ਤੋਂ ਜਾਰੀ ਕੀਤਾ ਗਿਆ ਉਹਦੇ ਜਾਰੀ ਕਰਨ ਤੋਂ ਬਾਅਦ ਮੈਂ ਨੀਚੇ ਉਤਰਿਆ ਤੇ ਮੈਨੂੰ ਮੀਡੀਆ ਵਾਲਿਆਂ ਨੇ ਭੇਜ ਲਿਆ ਤੇ ਮੀਡੀਆ ਵਾਲਿਆਂ ਨੇ ਮੈਨੂੰ ਪੁੱਛਿਆ ਕਿਰਪਾ ਕਰਕੇ ਛੋਟੇ ਪੁੱਤ ਸਾਹਿਬ ਇਹ ਦੱਸੋ ਤੁਹਾਨੂੰ ਨੀ ਜੀ ਇਸ ਗੱਲ ਦਾ ਪਤਾ ਕਿ ਜਿਹੜਾ ਮੈਂ ਅਜਿਹੇ ਦੇ ਉੱਤੇ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਨਾਲ ਝਾੜੂ ਦੀ ਫੋਟੋ ਵੀ ਲੱਗੀ ਹੈ ਕੇਜਰੀਵਾਲ ਦੀ ਫੋਟੋ ਹੈ ਤੁਹਾਨੂੰ ਪਤਾ ਸੀ ਇਸ ਗੱਲ ਦਾ ਤੇ ਛੋਟੇ ਪੁੱਤ ਸਾਹਿਬ ਦਿੱਤੇ ਹੀ ਨਹੀਂ ਸੀ ਮੈਨੂੰ ਪਤਾ ਹੀ ਨਹੀਂ ਸੀ ਮੈਂ ਉਹਨਾਂ ਨੂੰ ਕਹਿਤਾ ਕਿ ਮੈਂ ਹੀ ਨਹੀਂ ਸੀ ਜੀ ਕਹਿੰਦੇ ਵੀ ਉਸ ਤੋਂ ਬਾਅਦ ਅਖਬਾਰਾਂ ਦੇ ਸਾਲ ਦੇ ਨਾਲ ਫਲੈਸ਼ ਹੋ ਗਈ ਗੱਲ ਡੈਡਲਾਈਨ ਤੇ ਫਲੈਸ਼ ਹੋ ਗਈ ਕਹਿੰਦੇ ਅਸੀਂ ਸੜਕ ਹਾਊਸ ਆ ਗਏ ਕੇਜਰੀਵਾਲ ਸਾਹਿਬ ਨੂੰ ਰਾਜਸਥਾਨ ਦੀ ਹਵਾਈ ਅੱਡੇ ਤੇ ਛੱਡਣ ਗਿਆ ਉਸ ਵੇਲੇ ਕਹਿੰਦੇ ਕੇਜਰੀਵਾਲ ਸਾਹਿਬ ਨੇ ਮੈਨੂੰ ਕਿਹਾ ਵੀ ਛੋਟੇਪੁਰ ਆਪਣੇ ਇਹ ਕਿਉਂ ਕਿਹਾ ਮੇਰੇ ਮੈਂ ਦੇਖਾ ਨੀ ਉਹਨਾਂ ਦੀ ਮੈਂ ਦੇਖੇ ਨੀ ਸੱਚਮੁੱਚ ਜੀ ਮੈਂ ਤਾਂ ਬਿਲਕੁਲ ਸੱਚੀ ਗੱਲ ਕਹੀ ਹੈ
केजरीवाल साहब की भैड़ी होनी सी कहिंदा जी मैनू पंच फड़ कहता मेरे खिलाफ पहले सही हुई केजरीवाल साहब ने कहा क्या हो जाता कड़न देता कड दें मैं भतीजा गया मैं उपर तो लैके नीचे तक कंब के रह गई मेरी रूह कंब के रह गई आप जी हूं ये गल कही है ना यहां बहुत भैड़ा प्रभाव गया है सब तो चिट जा इना सिखा की मर्यादा का सिखा की आस्था का इना भोरा भर भी सरोकार पर मैं उस कहता सी कई पत्रकार बैठे थे डीपीआर दफ्तर बैठ के सारा कुछ देखा सी प्रिंसिपल रिपोर्टर है टाइम्स ऑफ इंडिया के मिस्टर नील कमल मैं नील कमल कहता मैं नील कमल सुचा सिंह छोटे पर आप पंचायत का मैंबर बने ना बने देख रहे इन्हों लैवल सेम पोजिशन जी है तुम देखो सुचा सिंह छोटे पर पंजाब कोई सीट नहीं आई वो आप भी जमानत पहुंचा नहीं सकया लेकिन आम आदमी पार्टी का हाल जो यही पोजिशन जी है बड़ा मैं आप शायद कुछ ना बन सकी लेकिन जो गल कह दिया परिस्थितियां बैच संकट के समय मूहरे लाया गया जिस वे उस बंदे सेवा मुक्त किया सेवा मुक्त करने वे बंदे नहीं लिया इजहार जरा दर्द है वह दर्द अब ढाके चंडीगढ़ विखे प्रेस कॉन्फ्रेंस करके दर्द रोया दर्द रोन जिन्हें बस चलुकी भी होने खबर आ रही हूं बादल ने चीज बहुत घट हो आप कुछ बने ना बने लेकिन इन्होंने बहुत घट होगा आप सो ये भी बहुत वड्डा सवाल है जी और नाल एक सवाल साडे स्रोतों ने होर ढिल्लों साहब भेजे वह कहिंदे कि जिवें आपां गल कीती है कि अरविंद केजरीवाल होरे आरएसएस दे नाल जुड़े आ जां उन्हां दा झुकाव उधर हैगा फिर कहिंदे जिहड़े गठबंधन बन जांदा है जिहड़ा अगां वधू गठबंधन बनाउण दे चक्कर दे विच लग्गियां होईआं कुछ तरह उहदे च रहि के फिर वह कहिंदे भाजपा दी मुखालफत किवें करनगे ते फिर डवाल हो रहा कहिंदे जी केजरीवाल दी बांह नहीं मरोड़नगे नहीं 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 दोनों गल ना मैं यही गल कह थी कि जिस वे पैदा हुई है पार्टी या मूवमेंट शुरू हुई है उस वे आर एस एस लगी हुई थी आप तरह कर ली जी किसी हद तक उन्होंने इस्तेमाल भी किया लेकिन जो हम स्टेज से आ गया कि पार्टी धिर नहीं बन सकती जी पार्टी कांग्रेस का बदल नहीं बन सकती तो हूं वो इस पार्टी सुबह करने भी लगे हुए आर एस एस वाले भावे विचारधारक तौर कह दी ओना सैकुलर नहीं लेकिन ए इमेज है ईमानदारी वाला ईमानदारी वाले इमेज के नाल एक लीडर के तौर यह लैके चलने की समर्था रखता है जो आप इस पक्षों देख लीजिए हिंदुत्व वाले मामले के जरा श्री श्री रवि प्रसाद शंकर रवि प्रसाद ने किया रविशंकर जी हां बहुत वाला उत्तर किया जमुना के कंधे से हूंदी रौला चली जाता है देश की सब तो वही वातावरण अदालत है नेशनल ग्रीन ट्रिब्यूनल फिर उन्होंने बड़ा कुछ ही जाता है वो जिस वे होया तो याद होना उदो जमुना के उत्ते बनाया पुल जरा आर्मी ने बनाया जी सैकुलर चलाने के बड़ा किंतु परंतु किया आर्मी तो पुल क्यों बनवाया चलो क्या आर एस एस ने बनवाया लेकिन बाद जो देखा तो जो लैटर से दिल्ली सरकार ने लिखा कि आर्मी को बनवाया जाए पता लगे इन्हों की थोड़ी जी हिंदुत्व वाले पास झुकाया लेकिन परिस्थितियां बदल जा रही है क्योंकि विचार मैं नाल एक भी गल कही है कि कला केजरीवाल नहीं केजरीवाल नालों टीम लेनी पऊ प्रशांत सिंह तो लैके जोगिंदर यादव तक जिन्हों बाद जरा है सुभाष सैकुलर है जो सारी टीम होगी तो केजरीवाल फिर सज्जे खबे जाने की कोशिश करूगा नाल तो दूसरिया धरां भी है उन्होंने सज्जे खबे जा नहीं देना बहां होनगियां जी सो बहुत मेहरबानी ढिल्लों साहब बड़ी कीमती गलबात है जिहड़ी जी तुसीं कढ के लाए हो साडे स्रोते बड़े खुश ने इनबॉक्स मैसेज भेज रहे ने और मैं स्रोतों को एक बार फिर माफी चाहूंगा जी क्योंकि जदों ढिल्लों साहब नाल गल करते हुंदे आ अपने जतेंद्र पन्नू साहब नाल गल करते हुंदे उदों किसी भी स्रोते की कॉल लैनी मुनासिब नहीं हुंदी साडे कोल टाइम नहीं हुंदा इस करके उस मामले तों सानूं माफ कर दिया करो सो बहुत बहुत मेहरबानी ढिल्लों साहब एक बार फिर तुहाडी ते नंबर जरूर सांझा कर दिओ बखतौर सिंह ढिल्लों फेसबुक दे उत्ते तुसीं लभ सकदे हो बखतौर ढिल्लों करके सज्जनो ते मैं अपनी जिहड़ी पोस्ट है
ਜਿਹੜਾ ਸਟੇਟਸ ਪਾਉਣੇ ਹੁੰਦੇ ਉਹਦੇ ਚ ਟੈਗ ਵੀ ਕੀਤਾ ਹੋਇਆ, ਸਿੱਧਾ ਇਹਨਾਂ ਨੂੰ ਫਾਲੋ ਵੀ ਕਰ ਸਕਦੇ ਹੋ ਜੀ। ਢਿੱਲੋਂ ਸਰ ਨੰਬਰ ਦਿਓ ਜੀ। ਮੇਰਾ ਨੰਬਰ ਹੈ ਜੀ 98-144-42-544। ਦੁਬਾਰਾ ਫਿਰ ਜੀ ਦੁਹਰਾ ਰਿਹਾ ਜੀ, ਮੇਰਾ ਨੰਬਰ 98-144-42-544। ਬਹੁਤ ਮਿਹਰਬਾਨੀ ਢਿੱਲੋਂ ਸਾਹਿਬ, ਅਗਲੇ ਹਫ਼ਤੇ ਫਿਰ ਸਾਂਝਾ ਪਾਵਾਂਗੇ ਜੀ। ਬਹੁਤ ਬਹੁਤ ਧੰਨਵਾਦ।